ਨਵੇਂ ਤਰੀਕੇ ਲੱਭ ਕੇ ਠੱਗਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਠੱਗਾਂ ਨੇ ਇੰਨੀ ਕੁ ਸ਼ਰਮ ਲਾ ਕੇ ਰੱਖਤੀ ਹੈ ਕਿ ਹੁਣ ਉਹ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਦੇ। ਜੀ ਹਾਂ, ਇੱਕ ਬਜ਼ੁਰਗ, ਤੁਸੀਂ ਸੀਸੀਟੀਵੀ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਇੱਕ ਬਜ਼ੁਰਗ ਨੂੰ ਰੋਕਦਾ ਹੈ ਤੇ ਦੂਸਰਾ ਵਿਅਕਤੀ ਗੁਰੂ ਘਰ ਦਾ ਰਸਤਾ ਪੁੱਛਦਾ ਹੈ ਕਿ ਬਾਬਾ ਜੀ ਗੁਰੂ ਘਰ ਜਾਣ ਦਾ ਰਸਤਾ ਕਿੱਧਰ ਹੈ। ਉਸੇ ਸਮੇਂ ਉਸਦੇ ਪੈਰੀ ਹੱਥ ਲਗਾ ਕੇ ਫਿਰ ਉਸਦੇ ਮੂੰਹ ਤੇ ਕੋਈ ਰੁਮਾਲ ਸੁੰਘਾ ਕੇ ਉਸਦੇ ਹੱਥਾਂ ਵਿੱਚੋਂ ਘੜੀ ਤੇ ਮੁੰਦਰੀ ਲੈ ਕੇ ਫਰਾਰ ਹੋ ਜਾਂਦੇ ਨੇ। ਇਹ ਘਟਨਾ ਦੇਖ ਕੇ ਲੋਕਾਂ ਵਿੱਚ ਹੋਰ ਡਰ ਬੈਠ ਗਿਆ ਕਿ ਹੁਣ ਜੇਕਰ ਕੋਈ ਸਾਨੂੰ ਗੁਰੂ ਘਰ ਦਾ ਰਸਤਾ ਪੁੱਛੇ ਤਾਂ ਅਸੀਂ ਉਸ ਨੂੰ ਦੱਸੀਏ ਜਾਂ ਨਾ ਦੱਸੀਏ। ਇਹਨਾਂ ਨਿਤ ਨਵੇਂ ਤਰੀਕੇ ਲੱਭ ਕੇ ਠੱਗਣ ਵਾਲੇ ਠੱਗਾਂ ਤੋਂ ਪ੍ਰਸ਼ਾਸਨ ਸਾਡਾ ਕਿਵੇਂ ਬਚਾ ਕਰੇਗੀ? ਇਹ ਠੱਗ ਚੋਰ ਪ੍ਰਸ਼ਾਸਨ ਨੂੰ ਵੀ ਕੁਛ ਨਹੀਂ ਸਮਝਦੇ, ਨਾ ਇਹ ਪ੍ਰਸ਼ਾਸਨ ਤੋਂ ਡਰਦੇ ਨੇ।